ਸਤਿ ਸ਼੍ਰੀ ਅਕਾਲ ਦੋਸਤੋ, ਵੀਡੀਓ ਨੂੰ ਪੂਰਾ ਦੇਖੇ ਤੋਂ ਬਿਨਾਂ ਇੱਥੋਂ ਕਿਤੇ ਵੀ ਨਹੀਂ ਜਾਣਾ ਅਤੇ ਲਾਸਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਣਾ ਇਸ ਵੀਡੀਓ ਦੇ ਬਾਰੇ, ਕਿਉਂਕਿ ਇਹ ਪੀਐਸਟੈਟ 2024 ਦੇ ਲਈ ਬਹੁਤ ਹੀ ਖਾਸ ਖਬਰ ਹੈ। ਜੇਕਰ ਤੁਸੀਂ ਇਸ ਨੂੰ ਐਵੇਂ ਵਿੱਚ ਹੀ ਛੱਡ ਕੇ ਚਲੇ ਜਾਂਦੇ ਹੋ ਤਾਂ ਸਮਝ ਲਓ ਤੁਸੀਂ ਪੀਐਸਟੈਟ ਜਿਹੜੇ ਕਰ ਰਹੇ ਨੇ ਵਿਦਿਆਰਥੀ ਉਹਨਾਂ ਦੇ ਨਾਲ ਧੋਖਾ ਕਰੋਗੇ, ਕਿਉਂਕਿ ਤਿਆਰੀ ਕਰਨ ਵਾਲੇ ਬੱਚਿਆਂ ਦੇ ਲਈ ਬੇਹੱਦ ਖਾਸ ਖਬਰ ਹੈ ਅਤੇ ਜਿਨ੍ਹਾਂ ਨੇ ਟੈਟ ਪਾਸ ਕਰ ਲਿਆ ਹੈ ਉਹਨਾਂ ਦੇ ਲਈ ਵੀ ਬਹੁਤ ਹੀ ਜ਼ਰੂਰੀ ਖਬਰ ਹੈ। ਤਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਾਂ ਵੱਲ ਧਿਆਨ ਦੇਣਾ ਚਾਹੁੰਦਾ ਹਾਂ ਜਿਹੜੀਆਂ ਕਿ ਅੱਜ ਦੀਆਂ ਖਬਰਾਂ ਨੇ ਮੁੱਖ। ਅਤੇ ਉਸ ਤੋਂ ਪਹਿਲਾਂ, ਦੱਸਣ ਤੋਂ ਪਹਿਲਾਂ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰੀ ਚੈਨਲ 'ਤੇ ਆ ਰਹੇ ਹੋ ਤਾਂ। ਜੇਕਰ ਆਲਰੇਡੀ ਸਬਸਕ੍ਰਾਈਬ ਕੀਤਾ ਤਾਂ ਕਮੈਂਟ ਦੇ ਵਿੱਚ ਦੱਸੋ ਆਪਣੇ ਇਸ ਵੀਡੀਓ ਦੇ ਬਾਰੇ ਵਿਚਾਰ। ਤਾਂ ਦੋਸਤੋ ਦੇਖੋ, ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ, ਮਾਸਟਰ ਕੇਡਰ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਜਲਦੀ ਆ ਰਿਹਾ, ਕਿਉਂਕਿ ਮੈਂ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਵੀ ਵੇਖ ਸਕਦੇ ਹੋ, ਮੈਂ ਉਹਨਾਂ ਦੇ ਵਿੱਚ ਵੀ ਦੱਸਿਆ ਹੋਇਆ ਕਿ ਨੋਟੀਫਿਕੇਸ਼ਨ ਕਦੋਂ ਆਵੇਗਾ, ਕਿਉਂਕਿ ਇਸ ਸਾਲ ਰਿਟਾਇਰਮੈਂਟ ਬਹੁਤ ਜ਼ਿਆਦਾ ਹੈ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਕੀ ਹੈ, ਉਸ ਸੰਬੰਧੀ ਮੀਟਿੰਗ ਅੱਜ ਵੀ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਹੋ ਰਹੀ ਹੈ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਪੀਐਸਟੈਟ ਤੋਂ ਪਹਿਲਾਂ ਆਪਣਾ ਵੀ ਪੀਐਸਟੈਟ ਹੋ ਜਾਵੇ ਅਤੇ ਪੀਐਸਟੈਟ ਹੋਣ ਤੋਂ ਬਾਅਦ ਹੀ ਇਹ ਪੋਸਟਾਂ ਆਉਣ, ਤਾਂ ਤੁਹਾਨੂੰ ਯੂਨੀਅਨ ਦਾ ਸਾਥ ਦੇਣਾ ਪਏਗਾ। ਯੂਨੀਅਨ ਦਾ ਸਾਥ ਕਿਵੇਂ ਦੇਣਾ ਪਏਗਾ? ਤਾਂ ਦੇਖੋ, ਯੂਨੀਅਨ ਦਾ ਸਾਥ ਦੇਣ ਲਈ ਤੁਹਾਨੂੰ 27 ਜੂਨ 2024 ਦਿਨ ਰਵੀਵਾਰ ਸਵੇਰੇ 9:30 ਵਜੇ ਮਾਨਸਾ ਰੋਡ ਫਲਾਈਓਵਰ, ਸਰਸਾ ਰੋਡ ਮਾਨਸਾ ਫਲਾਈਓਵਰ ਜਿਹੜਾ ਹੈਗਾ ਉੱਥੇ ਪਹੁੰਚਣਾ ਪਏਗਾ। ਕਿਉਂ? ਕਿਉਂਕਿ ਉਹਨਾਂ ਨੇ ਜਾਮ ਕਰਨ ਦਾ ਫੈਸਲਾ ਲਿਆ ਹੈ। ਆਓ ਤੁਹਾਨੂੰ ਉਹਦਾ ਰੀਜ਼ਨ ਵੀ ਦੱਸਦੇ ਹਾਂ, ਕਿਉਂਕਿ ਦੇਖੋ, ਜੇਕਰ ਤੁਸੀਂ ਆਪਣਾ ਨੋਟੀਫਿਕੇਸ਼ਨ ਜਾਰੀ ਕਰਵਾਉਣਾ ਚਾਹੁੰਦੇ ਹੋ ਕਿ ਤੁਹਾਡਾ ਪੀਐਸਟੈਟ ਨਵੰਬਰ ਦਸੰਬਰ ਤੋਂ ਪਹਿਲਾਂ ਹੋ ਜਾਵੇ ਅਤੇ ਤੁਹਾਡਾ ਪੀਐਸਟੈਟ ਇਹਨਾਂ ਮਾਸਟਰ ਕੈਡਰ ਦੀਆਂ ਪੋਸਟਾਂ ਆਉਣ ਤੋਂ ਪਹਿਲਾਂ ਹੋ ਜਾਵੇ, ਤਾਂ ਫਿਰ ਤੁਹਾਨੂੰ ਇਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ। ਕਿਉਂਕਿ ਦੋਸਤੋ, ਇਹਦੇ ਵਿੱਚ ਕਿਸੇ ਦਾ ਕੋਈ ਨਿੱਜੀ ਫਾਇਦਾ ਨਹੀਂ ਹੈ, ਸਭ ਦਾ ਸਾਂਝਾ ਫਾਇਦਾ ਹੈ। ਜੇਕਰ ਤੁਸੀਂ ਸੋਚੋ ਕਿ ਜਿਹੜੇ ਪ੍ਰਧਾਨ ਬਣੇ ਹੋਏ ਨੇ ਵੀਰ ਜੀ ਹੋਰੀ, ਰਾਹੁਲ ਥਿੰਦ ਜੀ ਹੋਰੀ ਜਾਂ ਜੋ ਵੀ ਹੈਗੇ ਨੇ, ਹੈ ਨਾ, ਜੇਕਰ ਤੁਸੀਂ ਸੋਚਦੇ ਹੋ ਵੀ ਇਹਨਾਂ ਇਕੱਲਿਆਂ ਦਾ ਫਾਇਦਾ ਹੈ, ਤਾਂ ਤੁਸੀਂ ਬਿਲਕੁਲ ਗਲਤ ਸੋਚਦੇ ਹੋ। ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਫਾਇਦਾ ਹੈ। ਜੇਕਰ ਪੀਐਸਟੈਟ ਪਹਿਲਾਂ ਹੁੰਦਾ ਹੈ ਮਾਸਟਰ ਕੈਡਰ ਦੀਆਂ ਪੋਸਟਾਂ ਤੋਂ, ਤਾਂ ਇਹਦੇ ਵਿੱਚ ਤੁਹਾਡਾ ਵੀ ਉਨਾ ਹੀ ਫਾਇਦਾ ਹੈ ਜਿੰਨਾ ਕਿ ਉਹਨਾਂ ਵੀਰਾਂ ਦਾ ਜਿਹੜੇ ਇਸ ਦੀ ਲੜਾਈ ਲੜ ਰਹੇ ਨੇ। ਤਾਂ ਮੇਰਾ ਤੁਹਾਨੂੰ ਸੰਦੇਸ਼ ਹੈ, ਜੇਕਰ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ, ਕਮ ਸੇ ਕਮ ਇਹ ਉਹਨਾਂ ਬੱਚਿਆਂ ਤੱਕ ਤਾਂ ਪਹੁੰਚਾ ਦਿਓ ਜਿਹੜੇ ਮਾਨਸਾ ਜ਼ਿਲ੍ਹੇ ਦੇ ਵਿੱਚ ਰਹਿੰਦੇ ਨੇ, ਉਹ ਤਾਂ ਪਹੁੰਚ ਜਾਣ। ਜੇਕਰ ਤੁਸੀਂ ਫਾਜ਼ਿਲਕਾ, ਫਿਰੋਜ਼ਪੁਰ ਜਾਂ ਅਬੋਹਰ ਇਧਰੋਂ ਏਰੀਏ 'ਚ ਹੋ, ਮਾਨਸਾ ਨਹੀਂ ਪਹੁੰਚ ਸਕਦੇ, ਕਮ ਸੇ ਕਮ ਇਹ ਮੈਸੇਜ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਮਾਨਸਾ ਦੇ ਵਿੱਚ ਰਹਿੰਦੇ ਨੇ ਜਾਂ ਆਸ ਪਾਸ ਪਿੰਡਾਂ ਦੇ ਸ਼ਹਿਰਾਂ ਦੇ ਨੇ, ਉਹ ਉੱਥੇ ਪਹੁੰਚ ਜਾਣ, ਉਹ ਤਾਂ ਸਪੋਰਟ ਕਰ ਦੇਣ। ਬਸ ਇੰਨੇ ਕੁ ਹੀ ਮੇਰੇ ਸਵਾਲ ਜਵਾਬ ਨੇ। ਇਹਦੇ ਰਿਗਾਰਡਿੰਗ ਤੁਹਾਡਾ ਕੋਈ ਸਵਾਲ ਜਵਾਬ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ। ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਦੇ ਲਈ।